90 ਸੀਟਾਂ ਤੇ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਭਾਜਪਾ ਫਿਰ ਤੋਂ ਸੱਤਾ ਹਾਸਲ ਕਰਨਾ ਚਾਹੁੰਦੀ ਹੈ, ਉੱਥੇ ਕਾਂਗਰਸ ਤੇ ਇਨੈਲੋ ਵੀ ਸੱਤਾ ਦੇ ਵਿੱਚ ਵਾਪਸੀ ਕਰਨ ਦੇ ਲਈ ਸੰਭਵ ਕੋਸ਼ਿਸ਼ ਕਰ ਰਹੇ ਨੇ। ਪਰ ਹਰਿਆਣਾ ਦੀ ਕੁੰਡਰੀ ਵਿਧਾਨ ਸਭਾ ਸੀਟ ਵਿੱਚ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਨੇ। ਕੁੰਡਰੀ ਤੋਂ ਪਿਛਲੇ 23 ਸਾਲਾਂ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਨੇ, ਹਰ ਵਾਰ ਆਜ਼ਾਦ ਉਮੀਦਵਾਰ ਹੀ ਵਿਧਾਇਕ ਬਣਿਆ ਹੈ। 2019 ਦੀਆਂ ਚੋਣਾਂ ਵਿੱਚ ਵੀ ਇੱਥੋਂ 12 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਕਿਸਮਤ ਅਜਮਾ ਰਹੇ ਨੇ, ਜਿਨ੍ਹਾਂ ਵਿੱਚ ਇਨੈਲੋ ਦੇ ਗਿਆਨ ਸਿੰਘ, ਭਾਜਪਾ ਦੇ ਵੇਦਪਾਲ ਐਡਵੋਕੇਟ, ਕਾਂਗਰਸ ਦੇ ਸਤਬੀਰ ਬਾਣਾ, ਬਸਪਾ ਦੀ ਸੁਨੀਤਾ, ਸੋਸ਼ਲਿਸਟ ਯੂਨੀਵਰਸਿਟੀ ਆਫ ਇੰਡੀਆ ਪਾਰਟੀ ਦੇ ਕਾਮਰੇਡ ਕ੍ਰਿਸ਼ਨ ਚੰਦ, ਜਜਪਾ ਦੇ ਰਾਜੇਸ਼ ਕੁਮਾਰ, ਸਰਵਾਹਿਤ ਪਾਰਟੀ ਦੇ ਸੁਸ਼ੀਲ ਕੁਮਾਰ ਅਤੇ 5 ਆਜ਼ਾਦ ਉਮੀਦਵਾਰ ਸ਼ਾਮਲ ਨੇ। ਮੌਜੂਦਾ ਵਿਧਾਇਕ ਦਿਨੇਸ਼ ਕੌਸ਼ਿਕ ਵੀ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜਮਾ ਰਹੇ ਨੇ। ਕੁੰਡਰੀ 'ਚ ਇਸ ਵਾਰ ਵੀ ਸਿਆਸੀ ਗੇਮ ਪਹਿਲੇ ਵਾਂਗ ਹੀ ਨਜ਼ਰ ਆ ਰਹੀ ਹੈ। ਕਾਂਗਰਸ ਤੇ ਭਾਜਪਾ ਪੂਰਾ ਜ਼ੋਰ ਲਗਾ ਰਹੇ ਨੇ ਕਿ ਕਿਸੇ ਤਰ੍ਹਾਂ ਵੋਟਰਾਂ ਦਾ ਆਜ਼ਾਦ ਉਮੀਦਵਾਰ ਨੂੰ ਜਿਤਾਉਣ ਦਾ ਸੁਭਾਅ ਬਦਲਿਆ ਜਾਵੇ, ਪਰ ਵੋਟਰਾਂ ਦਾ ਮੂਡ ਕੋਈ ਵੀ ਪੜ ਨਹੀਂ ਪਾ ਰਿਹਾ। ਕੁੰਡਰੀ 'ਚ ਰਾਸ਼ਟਰਵਾਦ ਤੇ ਵਿਕਾਸ ਦੇ ਨਾਮ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ, ਜਦਕਿ ਖੇਤਰਵਾਦ ਵੀ ਇੱਕ ਵੱਡਾ ਮੁੱਦਾ ਹੈ। ਕਹਿੰਦੇ ਨੇ ਕਿ ਇੱਥੋਂ ਦੇ ਵੋਟਰ ਸੁਣਦੇ ਸਭ ਦੀ ਨੇ, ਪਰ ਕਰਦੇ ਹਮੇਸ਼ਾ ਹੀ ਆਪਣੇ ਮਨ ਦੀ ਨੇ। ਹਲਕੇ ਦੇ ਭਾਈ ਟੰਡ, ਫਰਲ, ਫਤਿਹਪੁਰ ਦੇ ਇਲਾਵਾ ਕਈ ਵੱਡੇ ਪਿੰਡ ਤੈਅ ਕਰਦੇ ਨੇ ਕਿ ਤਾਜ ਕਿਸ ਦੇ ਸਿਰ ਸੱਜੇਗਾ। ਕੁੰਡਰੀ ਤੋਂ ਦਿਨੇਸ਼ ਕੌਸ਼ਿਕ ਵਿਧਾਇਕ ਹਨ। ਚੋਣ ਜਲਸਿਆਂ ਵਿੱਚ ਦਾਅਵੇ ਹੋ ਰਹੇ ਨੇ ਕਿ 5 ਸਾਲਾਂ ਵਿੱਚ 500 ਕਰੋੜ ਰੁਪਏ ਵਿਕਾਸ ਕਾਰਜਾਂ ਤੇ ਲੱਗੇ ਹਨ। ਕੁੰਡਰੀ, ਫਤਿਹਪੁਰ ਦੋਨੋਂ ਕਸਬੇ ਇਕੱਠੇ ਜੁੜੇ ਹੋਏ ਨੇ। ਦੋਨਾਂ ਦੀ ਮੁੱਖ ਸੜਕ 4-ਲੈਨ ਬਣ ਚੁੱਕੀ ਹੈ। ਭਾਜਪਾ ਨੇ ਆਪਣੇ ਵੱਡੇ ਆਗੂ ਵੇਦਪਾਲ ਦੇ ਬਾਜੀ ਖੇਡੀ ਹੈ। ਚੋਣ ਦੰਗਲ ਵਿੱਚ ਭਾਜਪਾ ਦੀ ਟਿਕਟ ਤੇ 2000, 2005, 2014 ਵਿੱਚ ਚੋਣ ਲੜਨ ਵਾਲੇ ਰਣਧੀਰ ਸਿੰਘ ਗੋਲਨ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਉਤਰ ਕੇ ਰੋਮਾਂਚ ਪੈਦਾ ਕਰ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਕੁੰਡਰੀ ਵਿੱਚ ਇਸ ਵਾਰ ਵੀ ਆਜ਼ਾਦ ਉਮੀਦਵਾਰ ਵਿਧਾਇਕ ਬੰਦਾ ਹੈ ਜਾਂ ਫਿਰ ਕੋਈ ਹੋਰ ਪਾਰਟੀ ਬਾਜੀ ਮਾਰਦੀ ਹੈ। ਜੀ, ਇੱਕ ਵਾਰੀ ਗਾਉਂ ਸੇ, ਕਿਆ ਨਾਮ ਜੀ ਆਪਕੋ? ਰਾਮ ਕੁਮਾਰ ਨੈਨ। ਗਾਉਂ ਕੁਮਾਰ ਜੀ, ਕਿਤਨੇ ਬੱਚੇ ਲਗੇ ਆਪਕੇ ਗਾਉਂ? 180 ਪਾਰ ਹੈ ਜੀ। 180 ਪਾਰ? 200 ਜੀ। ਕਾਂਗਰਸ ਸਰਕਾਰ ਮੇਂ ਲਗੇ ਥੇ? ਨਹੀਂ ਜੀ, ਬੀਜੇਪੀ ਕੀ ਸਰਕਾਰ ਮੇਂ ਲਗੇ ਹੈ, ਬਿਨਾ ਪਰਚੀ ਕੇ, ਬਿਨਾ ਖਰਚੀ ਕੇ। ਔਰ ਕਈ ਬੱਚੋਂ ਨੇ ਤੇ 3-3 ਨੌਕਰੀਆਂ ਕੁਆਲੀਫਾਈ ਕੀ ਹੈ, ਇੱਕ ਛੋੜ ਕੇ ਦੂਸਰੀ, ਇੱਕ ਛੋੜ ਕੇ ਦੂਸਰੀ। ਮਤਲਬ ਐਸਾ ਪਹਿਲੀ ਵਾਰ ਹੋਆ ਹੈ ਸਰਕਾਰ ਕੇ ਅੰਦਰ ਜੋ ਕਿਸੇ ਕੋ ਚਾਹੇ ਤਾਂ ਕਿਸੇ ਬੱਚੇ ਨੇ ਪਲਾਣੀ ਨਹੀਂ ਪੜੀ, ਕਿਸੇ ਕੇ ਪਾਸ ਸਿਫਾਰਿਸ਼ ਕੇ ਲਈ ਨਹੀਂ ਗਏ, ਕਿਸੀ ਕੇ ਪਾਸ ਕਹੀਂ ਨਹੀਂ ਗਏ ਔਰ ਘਰ ਬੈਠੇ ਹੀ ਜਵਾਨ ਉਨਕੇ ਕਾਲ ਲੈਟ ਰਹੇ। ਤੋ ਹਮਾਰੇ ਸਾਥ ਇੱਕ ਹੋਰ ਸ਼ਖਸ ਹੈ, ਕਿਆ ਨਾਮ ਲਿਆ ਜੀ ਆਪਕਾ? ਰਾਮ ਕੁਮਾਰ। ਰਾਮ ਕੁਮਾਰ ਜੀ, ਕਿਤਨੇ ਬੱਚੇ ਲਗੇ ਆਪਕੇ? ਰਾਮ ਕੁਮਾਰ ਸ਼ਰਮਾ ਲਗੇ ਜੀ। ਕਾਂਗਰਸ ਸਰਕਾਰ ਮੇਂ ਲਗੇ? ਨਹੀਂ, ਅਭੀ ਲਗੇ 3, ਲਗੇ 3 ਹੈ, ਲੇਕਿਨ ਉਹ ਫੌਜ ਮੇਂ ਲਗਿਆ। ਅੱਛਾ, ਇਹ ਬੱਚੇ ਇਸੀ ਸਰਕਾਰ ਮੇਂ ਲਗੇ। ਕਿਤਨੀ ਰਿਸ਼ਵਤ ਦੀ ਥੀ? ਕੋਈ ਪੈਸਾ ਨਹੀਂ ਦਿਆ। ਤੋ ਬਗੈਰ ਪੈਸੇ ਕੇ ਲਗੇ? ਘਰ ਬੈਠੇ ਜਵਾਨੀ ਲੈਟ। ਤੋ ਇਸ ਗਾਉਂ ਸੇ ਕਿਤਨੇ ਲਗੇ ਬੱਚੇ? ਇਸ ਗਾਉਂ ਸੇ ਲਗੇ 7-8 ਬੱਚੇ। ਇੰਦਰਜੀਤ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ ਟੀਵੀ, NRI।